ਐਜੂਕੇਸ਼ਨ ਡਿਪਾਰਟਮੈਂਟ ਦੀ ਹਰ ਇੱਕ ਅਪਡੇਟ ਨੂੰ ਜਾਣਨ ਲਈ ਸਾਡਾ ਚੈਨਲ ਮਾਸਟਰ ਕੈਡਰ ਯੂਨੀਅਨ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਅਪਡੇਟ ਜਿਹੜੀ ਹੈ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ। ਮਾਸਟਰ ਕੈਡਰ ਯੂਨੀਅਨ ਚੈਨਲ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਚੈਨਲ ਤੇ ਸਵਾਗਤ ਹੈ। ਵੀਡੀਓ 'ਚ ਗੱਲ ਕਰਾਂਗੇ ਮਾਸਟਰ ਕੈਡਰ ਨਾਲ ਸੰਬੰਧਿਤ ਜਿਹੜੀ 55% ਦੀ ਸ਼ਰਤ ਲਗਾਈ ਹੈ ਉਸ ਨੂੰ ਹਟਾਉਣ ਦੇ ਲਈ ਅਤੇ ਵੱਡੀ ਗਿਣਤੀ ਵਿੱਚ ਪੋਸਟਾਂ ਨਵੀਂ ਮਾਸਟਰ ਕੈਡਰ ਦੀ ਭਰਤੀ ਲਈ। ਜਿਹੜੀ ਕਮੇਟਿੰਗ ਆਪਣੀ ਪਿਛਲੇ ਦਿਨੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸਜੀ ਦੇ ਨਾਲ 6 ਤਰੀਕ ਨੂੰ ਹੋਈ ਸੀ ਤਾਂ ਸਿੱਖਿਆ ਮੰਤਰੀ ਜੀ ਵੱਲੋਂ ਪੂਰਨ ਤੌਰ ਤੇ ਜਿਹੜਾ ਨਾਂ ਨੁੱਕਰ ਕੀਤੀ ਗਈ ਹੈ ਕੋਰਾ ਜਿਹੜਾ ਜਵਾਬ ਦਿੱਤਾ ਗਿਆ 55% ਦੀ ਸ਼ਰਤ ਤੋਂ ਅਤੇ ਨਵੀਂ ਭਰਤੀ ਬਾਰੇ ਵੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜੀ ਹਲੇ ਸਾਡਾ ਕੋਈ ਵਿਚਾਰ ਨਹੀਂ ਸਾਨੂੰ ਥੋੜਾ ਟਾਈਮ ਦਿਓ ਤੇ ਨਵੀਂ ਭਰਤੀ ਅਸੀਂ ਦੇਵਾਂਗੇ ਤੁਹਾਨੂੰ ਤੇ ਨਾਲ ਹੀ ਲੈਕਚਰਰ ਕੰਬੀਨੇਸ਼ਨ ਦੀ ਸਮੱਸਿਆ ਲਈ ਤਾਂ ਆਪਣੀਆਂ ਦੋਨੇ ਯੂਨੀਅਨਾਂ ਵੱਲੋਂ ਵੱਖਰੇ ਵੱਖਰੇ ਤੌਰ ਤੇ ਜਿਹੜੀ ਮੀਟਿੰਗ ਕੀਤੀ ਗਈ ਸੀ ਜਿਦੇ ਵਿੱਚ ਕੇ ਸਿੱਖਿਆ ਮੰਤਰੀ ਵੱਲੋਂ ਕੋਰਾ ਜਵਾਬ ਦਿੱਤਾ ਗਿਆ ਹੈ ਨਾ 55% ਦੀ ਸ਼ਰਤ ਨੂੰ ਹਟਾਉਣ ਲਈ ਅਤੇ ਨਵੀਂ ਪਰਤੀ ਲਈ ਉਹਦੇ ਸਬੰਧ ਦੇ ਵਿੱਚ ਕੁਝ ਨਵੇਂ ਅਪਡੇਟਸ ਬਾਰੇ ਆਪਾਂ ਇਸ ਵੀਡੀਓ 'ਚ ਤੁਹਾਡੇ ਨਾਲ ਗੱਲਬਾਤ ਕਰਾਂਗੇ ਜਿਹੜੇ-ਜਿਹੜੇ ਸਾਥੀ ਮਾਸਟਰ ਕੈਡਰ ਦੀ ਤਿਆਰੀ ਕਰਦੇ ਨੇ ਉਹਨਾਂ ਲਈ ਬੇਨਤੀ ਆ ਕਿ ਤੁਸੀਂ ਇਹ ਸੋਚ ਕੇ ਨਾ ਵੀਡੀਓ ਦੇਖੋ ਕਿ ਵੀਡੀਓ ਆਪਾਂ ਵਿਊ ਲੈਣ ਲਈ ਪਾਈ ਆ ਜਾਂ ਜਿੱਦਾਂ ਵੀ ਤੁਸੀਂ ਸੋਚਦੇ ਹੋ ਕਿਉਂਕਿ ਕਈਆਂ ਦੇ ਮਨਚੇ ਹੁੰਦਾ ਵੀ ਪਤਾ ਨਹੀਂ ਚੈਨਲ ਵਾਲਾ ਤਾਂ ਵਿਊ ਲੈਣ ਦੇ ਮਾਰੇ ਵੀਡੀਓ ਪਾਉਂਦੇ ਆ ਦੇਖੋ ਆਪਣਾ ਆਪਾਂ ਤੁਹਾਡੀ ਸਪੋਰਟ 'ਚ ਲਗਭਗ ਲੰਮੇ ਟਾਈਮ ਤੋਂ 55% ਦੇ ਸਬੰਧ ਦੇ ਵਿੱਚ ਵਿਰੋਧ ਕਰਦੇ ਆ ਰਹੇ ਹਾਂ ਤੁਹਾਡੀ ਸਪੋਰਟ 'ਚ ਜਿਹੜੀ ਲੋਕਾਂ ਨੂੰ ਸ਼ੇਅਰ ਕਰ ਰਹ ਕੁਝ ਬਹੁਤ ਜ਼ਰੂਰੀ ਤੁਹਾਡੇ ਲਈ ਅਪਡੇਟਸ ਇਸ ਵੀਡੀਓ ਚ ਆਪਾਂ ਤੁਹਾਡਾਂ ਨਾਲ ਸਾਂਝੀਆ ਕਰਾਂਗੇ ਜਿਹੜੇ ਸਾਥੀ ਮਾਸਟਰ ਕੈਡਰ ਦੀ ਤਿਆਰੀ ਕਰਦੇ ਆ ਜਿਨ੍ਹਾਂ ਨੇ 55% ਤੋਂ ਖਾਸ ਕਰਕੇ ਨੰਬਰ ਘਟਦੇ ਆ ਬੀਏ ਦੇ ਵਿੱਚੋਂ ਤਾਂ ਉਹ ਸਾਥੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਇੱਕ ਤਾਂ ਸ਼ੇਅਰ ਕਰਨ ਤੇ ਦੂਸਰਾ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਕਈ ਸਾਥੀ ਇਦਾਂ ਦੇ ਹੋਣਗੇ ਜਿਹੜੇ ਆਪਣੇ ਚੈਨਲ ਤੇ ਨਵੇਂ ਹੋਣਗੇ ਜਿਨ੍ਹਾਂ ਨੂੰ ਜਿਹੜੇ ਮਾਸਟਰ ਕੈਡਰ ਦੀ ਤਿਆਰੀ ਕਰਦੇ ਆ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰ ਦੇਣਾ ਤਾਂ ਕਿ ਉਹਨਾਂ ਤੱਕ ਐਜੂਕੇਸ਼ਨ ਡਿਪਾਰਟਮੈਂਟ ਦੀ ਅਤੇ ਮਾਸਟਰ ਕੈਡਰ ਦੀ ਹਰ ਇੱਕ ਅਪਡੇਟ ਜਿਹੜੀ ਉਹਨਾਂ ਤੱਕ ਪਹ ਕਿਉਂਕਿ ਆਪਣਾ ਚੈਨਲ ਮਾਸਟਰਕੇਟਰ ਲਈ ਬਹੁਤ ਜ਼ਿਆਦਾ ਹੈਲਪਫੁਲ ਰਹੂਗਾ ਤੁਸੀਂ ਪੁਰਾਣਾ ਵੀ ਰਿਕਾਰਡ ਆਪਣੇ ਚੈਨਲ ਦਾ ਦੇਖ ਸਕਦੇ ਹੋ ਪੁਰਾਣੀਆਂ ਵੀਡੀਓ ਤਾਂ ਹੁਣ ਗੱਲਬਾਤ ਕਰਦੇ ਆ 55% ਦੀ ਸ਼ਰਤ ਨਾਲ ਸੰਬੰਧਿਤ ਅਤੇ ਵੱਡੀ ਗਿਣਤੀ ਵਿੱਚ ਪੋਸਟਾਂ ਲੈਣ ਲਈ ਜਿਹੜੇ ਕੁਝ ਅਪਡੇਟਸ ਨੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਹੜੀ 6 ਤਰੀਕ ਨੂੰ ਮੀਟਿੰਗ ਹੋਈ ਆ ਉਹਦੇ ਵਿੱਚ ਮੰਤਰੀ ਸਾਹਿਬ ਵੱਲੋਂ ਕੋਰਾ ਜਵਾਬ ਦਿੱਤਾ ਗਿਆ ਦੋਨੇ ਯੂਨੀਅਨਾਂ ਨੂੰ ਤਾਂ ਤੁਹਾਡੇ ਲਈ ਬੇਨਤੀਆਂ ਨੇ ਕੁਝ ਉਹ ਬੇਨਤੀਆਂ ਇਹੇ ਨੇ ਕਿ ਦੋਨੇ ਯੂਨੀਅਨ ਆਪਣੀਆਂ ਜਿਹੜੀਆਂ ਹੈਗੀਆਂ ਨੇ ਤਾਂ ਵੱਖ-ਵੱਖਰੇ ਤੌਰ ਤੇ ਜਿਹੜੇ ਐਕਸ਼ਨ ਕਰਦੀਆਂ ਨੇ ਵੱਖੋ-ਵੱਖਰੇ ਤੌਰ ਤੇ ਜਿਹੜਾ ਉਹ ਆਪਣਾ ਮੀਟਿੰਗ ਦੇ ਲਈ ਜਾਂਦੀਆਂ ਨੇ ਜਾਂ ਜੋ ਵੀ ਸਿਸਟਮ ਚੱਲਦਾ ਤਾਂ ਹੁਣ ਜਿਹੜਾ ਉਹ ਕਿਡਰ ਕਿਹੜੀ ਵੀ ਯੂਨੀਅਨ ਨਾਲ ਜੁੜਿਆ ਹੋਇਆ ਹੈ ਜਿਹੜਾ ਕਿਡਰ ਜਿਹੜੀ ਯੂਨੀਅਨ ਨਾਲ ਜੁੜਿਆ ਹੋਇਆ ਜੇਕਰ ਤੁਸੀਂ ਚਾਹੁੰਦੇ ਹੋ ਕਿ ਆਪਣੀ 55% ਦੀ ਸ਼ਰਤਾ ਰੱਦ ਹੋਵੇ ਕਿਉਂਕਿ ਇੱਕ ਚੀਜ਼ ਅਸੀਂ ਤੁਹਾਨੂੰ ਬਿਲਕੁਲ ਲਿਖ ਕੇ ਵੀ ਦੇ ਸਕਦੇ ਹਾਂ ਕਿ ਜਿੰਨਾ ਚਿਰ ਆਪਾਂ ਵਧੀਆ ਸੰਘਰਸ਼ ਨਹੀਂ ਕਰਦੇ ਧਰਨਾ ਵਗੈਰਾ ਵੱਡਾ ਨਹੀਂ ਲਾਉਂਦੇ ਉਹਨਾਂ ਚਿਰ ਸਰਕਾਰ ਹੈ ਜਿਹੜੀ ਨਹੀਂ ਮੰਨਣੀ ਪਹਿਲਾਂ ਵੀ ਜਦੋਂ 55% ਦੀ ਸ਼ਰਤ ਇੱਕ ਵਾਰੀ ਡਿਲੇ ਕਰਾਈ ਸੀ ਤਾਂ ਉਦੋਂ ਵੀ ਵੱਡੀ ਗਿਣਤੀ ਵਿੱਚ ਪ੍ਰੋਟੈਸਟ ਹੋਇਆ ਸੀ ਪ੍ਰੋਟੈਸਟ ਹੋਣ ਤੋਂ ਬਾਅਦ ਫਿਰ ਕਿਤੇ ਜਾ ਕੇ ਜਿਹੜਾ ਉਹ ਸ਼ਰਤ ਇੱਕ ਵਾਰੀ ਹਟਾਤੀ ਸੀ 2022 ਤੱਕ ਤਾਂ ਹੁਣ ਉਹ ਸ਼ਰਤ ਇਹਨਾਂ ਵੇਨ ਲਾਗੂ ਹੋਗੀ ਤੇ ETT ਦੀ ਜਿਹੜੀ ਭਰਤੀ ਤੇ ਲੱਗੀ ਸੀ ਸ਼ਰਤ ਉਹ ETT ਵਾਲਨੇ ਸੰਘਰਸ਼ ਕਰਕੇ ਉਹਨਾਂ ਦੀ ਵੀ ਦੋ ਤਿੰਨ ਯੂਨੀਅਨਾਂ ਸੀ ਆਪਣੇ ਵਾਂਗੂ ਪਰ ਉਹਨਾਂ ਨੇ ਇੱਕ ਇਕੱਠੇ ਹੋ ਕੇ ਇੱਕ ਮੰਚ ਤੇ ਵੱਡਾ ਪ੍ਰੋਟੈਸਟ ਕੀਤਾ ਤਾਂ ਉਹਨਾਂ ਨੂੰ ਜਿਹੜਾ ਲੈਟਰ ਜਾਰੀ ਕਰਤਾ ਸੀ 6.94 ਭਰਤੀ ਤੋਂ ਪਹਿਲਾਂ ਉਹਨਾਂ ਦੀ ਸ਼ਰਤ ਹੈ ਜਿਹੜੀ ਹਟਾਤੀ ਸੀ ਪਰ ਆਪਣੇ ਮਾਸਟਰ ਕੈਡਰ ਦੀਆਂ ਹੁਣ ਦੋ ਯੂਨੀਅਨਾਂ ਬਣੀਆਂ ਹੋਈਆਂ ਨੇ ਹਾਲਾਂਕਿ ਯੂਨੀਅਨ ਆਪਣੇ ਤੌਰ ਤੇ ਵਧੀਆ ਕੰਮ ਕਰ ਰਹੀਆਂ ਨੇ ਦੋਨੇ ਤਾਂ ਹੁਣ ਜਿਹੜਾ ਕੈਡਰ ਜਿਹੜੀ ਯੂਨੀਅਨ ਨਾਲ ਜੁੜਿਆ ਉਹ ਵੱਧ ਤੋਂ ਵੱਧ ਆਪਣੇ ਆਗੂਆਂ ਤੇ ਦਬਾਅ ਪਾਵੇ ਉਹਨਾਂ ਨਾਲ ਗੱਲਬਾਤ ਕਰੇ ਕਿ ਆਪਾਂ ਇਕੱਠੇ ਹੋ ਗਏ ਕਿਉਂਕਿ ਦੇਖੋ ਕਿੱਥੇ ਤਾਂ ਇਹ ਹੁੰਦਾ ਵੀ 50 50 100 100 ਜਣਾਂ ਦੋ ਯੂਨੀਅਨਾਂ ਦਾ ਵੱਖ-ਵੱਖਰੇ ਤੌਰ ਤੇ ਧਰਨਾ ਲਾਉਂਦਾ ਪਰ ਉਹ 100 ਜਣਿਆਂ ਦੇ ਨਾਲ ਤਾਂ ਡਾਂਗਾ ਪੈ ਨਹੀਂ ਉੱਥੇ ਨਲੇ ਆਪਣੀ ਕੋਈ ਗੱਲ ਨਹੀਂ ਬੰਦੀ ਕਿੱਥੇ ਉਹੀ 100 100 ਜਣਾਂ ਇਕੱਠਾ ਹੋ ਕੇ 200 ਹੋ ਕੇ ਇਕੱਠਾ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਵੀਡੀਓ 'ਚ ਦੱਸਿਆ ਕਿ ETT ਦੀ ਇੱਕ ਯੂਨੀਅਨ ਬਣੀ ਹੋਈ ਆ 11 ਮੈਂਬਰੀ ਕਮੇਟੀ ਜਿਹਦੇ ਵਿੱਚ ਕਿ ਉਹਨਾਂ ਨੇ ਸਾਰੀਆਂ ਦੋਨੇ ਦਿਨਾਂ ਯੂਨੀਅਨ ਨੂੰ ਮਿਲਾ ਕੇ ਇੱਕ 11 ਮੈਂਬਰੀ ਕਮੇਟੀ ਬਣਾਈ ਸੀ ਹੁਣ ਸਾਰਾ ਸਾਰਾ ਵਰਕ ਆ ਜਿਹੜਾ ਉਹ 11 ਮੈਂਬਰੀ ਕਮੇਟੀ ਕਰਦੀ ਆ ਅਸੀਂ ਤੁਹਾਨੂੰ ਤਾਂ ਹੀ ਕਹਿੰਦੇ ਸੀ ਕਿ ਕੱਲੀ ਕੱਲੀ ਗੱਲ ਤੁਹਾਡੇ ਸੁਣਨ ਵਾਲੀ ਆ ਧਿਆਨ ਦੇਣ ਜੋ ਗੱਲਾਂ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰੇ ਕਿਡਰ ਤੱਕ ਤਾਂ ਕਿ ਸਾਰੇ ਦਬਾਅ ਪਾਉਣਾ ਯੂਨੀਅਨ ਇੱਕੋ ਹੋ ਕੇ ਚੱਲੇ ਕਿਉਂਕਿ ਕਈ ਸਾਥੀ ਕਹਿ ਦਿੰਦੇ ਨੇ ਕਿ ਯੂਨੀਅਨਾਂ ਇੱਕ ਹੋ ਕੇ ਕਿਦਾਂ ਚੱਲਣਗੀਆਂ ਵਿਚਾਰ ਨਹੀਂ ਮਿਲਦੇ ਦੇਖੋ ਜਦੋਂ ਆਪਣਾ ਕਿਸਾਨ ਅੰਦੋਲਨ ਵੇਲੇ ਅੰਦੋਲਨ ਵੇਲੇ ਪ੍ਰੋਟੈਸਟ ਹੋਇਆ ਸੀ ਉਦੋਂ ਯੂਨੀਅਨਾਂ ਤਾਂ ਦੇਖੋ 31 ਸੀਗੀਆਂ 31 ਯੂਨੀਅਨਾਂ ਨੇ ਇਕੱਠੇ ਹੋ ਕੇ ਆਪਣੇ ਆਪਣੇ ਤੌਰ ਤੇ ਜਿਹੜਾ ਅਲੱਗ ਤੌਰ ਤੇ ਬਹਿ ਗਏ ਪਰ ਇੱਕੋ ਜਗ੍ਹਾ ਤੇ ਪ੍ਰੋਟੈਸਟ ਕੀਤਾ ਉਹਨਾਂ ਨੇ ਸਪੋਜ਼ ਕਰੋ ਆਪਣਾ ਵੀ ਇਦਾਂ ਹੀ ਹੁੰਦਾ ਕੱਲ ਨੂੰ ਆਪਾਂ ਆਨੰਦਪੁਰ ਸਾਹਿਬ ਧਰਨਾ ਲਾਉਨੇ ਆ ਪੱਕਾ ਧਰਨਾ ਤਾਂ ਦੋਨੇ ਯੂਨੀਅਨਾਂ ਇੱਕੋ ਦਿਨ ਡਿਸਾਈਡ ਕਰ ਲੈਣਾ ਵੀ ਆਪਾਂ ਸਪੋਜ ਕਰੋ 10 ਤਰੀਕ ਨੂੰ 12 ਤਰੀਕ ਨੂੰ 14 ਨੂੰ ਜਿੱਦਣ ਵੀ ਆਪਾਂ ਪ੍ਰੋਟੈਸਟ ਕਰਨਾ ਇਕੱਠੇ ਹੋਊਗੇ ਕਰੀਏ ਬੇਸ਼ੱਕ ਮੀਟਿੰਗ ਦੇ ਵਿੱਚ ਅਲੱਗ-ਅਲੱਗ ਚੱਲ ਜਾਣਾ ਅਸਲ ਤਾਂ ਮੀਟਿੰਗ ਦੇ ਵਿੱਚ ਵੀ ਇੱਕੋ ਦਿਨ ਜਾਣ ਬਹੁਤ ਵਧੀਆ ਰਹੂਗਾ ਜਿਵੇਂ ਦਿੱਲੀ ਕਿਸਾਨ ਅੰਦੋਲਨ ਆਪਾਂ ਤਾਂ ਹੀ ਜਿੱਤਿਆ ਜੇਕਰ 31 ਦੇ 31 ਬੰਦੇ ਯੂਨੀਅਨਾਂ ਦੇ ਪ੍ਰਧਾਨ ਇਕੱਠੇ ਹੋ ਕੇ ਚੱਲੇ ਸੀ ਹਾਂ ਉਹਨਾਂ ਦੀਆਂ ਮੰਗਾਂ ਡੋ ਹੋ ਸਕਦੀਆਂ ਨੇ ਉਹਨਾਂ ਦੇ ਡਿਮਾਂਡਸ ਵੱਧ ਘੱਟ ਹੋ ਸਕਦੀਆਂ ਨੇ ਪਰ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਕੋਈ ਕਿਡਰ ਲਗਭਗ 60000 ਦੇ ਤਕਰੀਬਨ ਜਿਹੜਾ BDA ਟੈਟ ਪਾਸ ਕਿਡਰ ਹੈ ਜਿਹਦੇ ਜਿਹਦੇ ਵਿੱਚ ਕੇ ਪਿਛਲੀ ਵਾਰੀ ਐਸਐਸਟੀ ਦਾ ਪੇਪਰ ਜਿਹੜਾ ਉਹ 25000 ਬੰਦੇ ਨੇ ਦਿੱਤਾ ਸੀ ਇਸੇ ਤਰ੍ਹਾਂ ਪੰਜਾਬੀ ਦਾ ਵੀ 20000 ਦੇ ਨੇੜੇ ਤੇੜੇ ਸੀਗਾ ਤਾਂ ਹੁਣ ਤੁਸੀਂ ਆਪ ਸੋਚੋ ਕਿ ਇਸ 60000 ਦੇ ਵਿੱਚੋਂ ਲਗਭਗ 30000 ਕੁ ਇਟਰ ਇਦਾਂ ਦਾ ਜਿਨ੍ਹਾਂ ਦੇ 55% ਤੋਂ ਬੀਏ ਦੇ ਵਿੱਚੋਂ ਨੰਬਰ ਘਟਦੇ ਆ ਉਹਨਾਂ ਨੇ ਐਨੂਅਲ ਸਿਸਟਮ ਰਾਹੀਂ ਬੀਏ ਕੀਤੀ ਹੋਣੀ ਆ ਚਲ ਜਿਹੜੇ ਨਵੇਂ ਨੇ ਉਹਨਾਂ ਦੇ ਨੰਬਰ ਵੱਧ ਹੋਣੇ ਤਾਂ ਜੇਕਰ ਆਪਾਂ ਚਾਹੁੰਦੇ ਆ ਕਿ ਆਪਣਾ ਟੈਟ ਪਾਸ ਕੀਤਾ ਆਪਣੀਆਂ ਡਿਗਰੀਆਂ ਰੱਦੀ ਨਾ ਹੋਣ ਆਪਾਂ ਦੋਨੇ ਯੂਨੀਅਨ ਨੂੰ ਰਿਕਵੈਸਟ ਕਰੀਏ ਜਿਹੜੀ ਆਪਣੀ ਕੱਲ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਆਪਣੀਆਂ ਤਿੰਨ ਮੰਗਾਂ ਸੀਗੀਆਂ ਸੌਰੀ 6 ਤਰੀਕ ਨੂੰ ਹੋਈ ਐ ਕਿ ਵਧੀਆ ਗਿਣਤੀ ਵਿੱਚ ਪੋਸਟਾਂ ਦਿੱਤੀਆਂ ਜਾਣ ਮਾਸਟਰ ਕੈਡਰ ਦੀਆਂ ਤੇ 55% ਵਾਲੀ ਜਿਹੜੀ ਸ਼ਰਤਾ ਉਹਨੂੰ ਖਤਮ ਕੀਤਾ ਜਾਵੇ ਤੇ ਲੈਕਚਰ ਲੈਕਚਰਾਰ ਸੰਬੰਧੀ ਕੰਬੀਨੇਸ਼ਨ ਦਾ ਜਿਹੜਾ ਸਮੱਸਿਆ ਦਾ ਹੱਲ ਕੀਤਾ ਜਾਵੇ ਪਰ ਮੰਤਰੀ ਸਾਹਿਬ ਜਿਵੇਂ ਪਿਛਲੇ 6 ਮਹੀਨਿਆਂ ਤੋਂ ਕਰ ਰਹੇ ਨੇ ਤਾਂ ਉਹਨਾਂ ਨੇ ਟਾਲਾ ਹੀ ਵਟਿਆ ਸਾਰੇ ਮੰਗਾਂ ਤੋਂ ਤੇ 55% ਵਾਲੀ ਸ਼ਰਤ ਨੂੰ ਹਟਾਉਣ ਤੋਂ ਤਾਂ ਉਹਨਾਂ ਨੇ ਕੋਰੀ ਨਾ ਹੀ ਕਰਤੀ ਤੇ ਲੈਕਚਰਾਰ ਸੰਬੰਧੀ ਕੁਝ ਹਾਂ ਪੱਖੀ ਜਿਹੜਾ ਹੰਗਾਰਾ ਉਹਨਾਂ ਦਾ ਹੋ ਰਿਹਾ ਸੀਗਾ ਕਿ ਹਾਂ ਇਹਦੇ ਬਾਰੇ ਅਸੀਂ ਕੁਝ ਕਰ ਕਰ ਰਹੇ ਆ ਜਾਂ ਕਰਨਾ ਚਾਹੁੰਦੇ ਆ ਤਾਂ ਸਾਥੀਓ ਇਹ ਗੱਲ ਪੱਕੀ ਆ ਵੀ ਸੰਘਰਸ਼ ਤੋਂ ਬਿਨਾਂ ਦੇਖੋ ਕੁਝ ਨਹੀਂ ਹੋਣਾ ਤੇ ਤੇ ਨਾਲ ਹੀ ਇਹ ਹੈ ਵੀ ਜਦੋਂ ਧਰਨਾ ਵਗੈਰਾ ਅਨਾਉਂਸ ਹੁੰਦਾ ਤਾਂ ਕੇਡਰ ਵੀ ਘਰਾਂ ਦੇ ਵਿੱਚ ਬੈਠਾ ਦੇਖੋ 30000 ਦੇ ਨੇੜੇ ਤੇੜੇ ਬੰਦਾ ਇਦਾਂ ਦਾ ਜਿਹਦੇ ਬੀਏ ਦੇ ਵਿੱਚੋਂ 55% ਨੰਬਰ ਘਟਦਾ ਤੇ ਟਟ ਪਾਸ ਆ ਤਾਂ ਫਿਰ ਉਹਨਾਂ ਦਾ ਟਟ ਪਾਸ ਕਰਨ ਦਾ ਵੀ ਕੋਈ ਫਾਇਦਾ ਨਹੀਂ ਜੇਕਰ ਉਹ ਧਰਨੇ ਤੇ ਨਹੀਂ ਆ ਸਕਦਾ 30000 ਚੋਂ ਜੇ ਘੱਟੋ ਘਾਟ 3000 ਬੰਦਾ ਵੀ ਧਰਨੇ ਤੇ ਆ ਜਨਾ ਏ ਅਸੀਂ ਗਰੰਟੀ ਦੇ ਸਕਦੇ ਹਾਂ ਕਿ ਆਪਣੀ ਸ਼ਰਤ ਇੱਕੋ ਦਿਨ ਚ ਹਟ ਜੂਗੀ ਮੰਤਰੀ ਸਾਹਿਬ ਉਹਦੀ ਨੋਟੀਫਿਕੇਸ਼ਨ ਲੈ ਆਉਣਗੇ ਕਿ ਹਾਂ ਅਸੀਂ ਸ਼ਰਤ ਨੂੰ ਰੱਦ ਕਰਦੇ ਹਾਂ ਤਾਂ ਜਿਹੜੇ ਕੁਝ ਬੰਦੇ ਘਰੇ ਬੈਠ ਕੇ ਸਲਾਹ ਦਿੰਦੇ ਨੇ ਕਿ ਯੂਨੀਅਨਾਂ ਇਕੱਠੀਆਂ ਹੋਣ ਇਕੱਠੀਆਂ ਕਿਉਂ ਨਹੀਂ ਹੁੰਦੀਆਂ ਕੀ મતਭੇਦ ਨੇ ਤਾਂ ਉਹਨਾਂ ਨੂੰ ਬੇਨਤੀ ਹੈ ਕਿ ਜਿਵੇਂ ਆਪਣੀਆਂ 31 ਜੱਥੇਬੰਦੀਆਂ ਇਕੱਠੀਆਂ ਹੋ ਕੇ ਲੜੀਆਂ ਸੀਗੀਆਂ ਫੇਰ ਕਿਤੇ ਜਾ ਕੇ ਆਪਾਂ ਉਹ ਲੜਾਈ ਜਿੱਤੀ ਸੀਗੀ ਖੇਤੀ ਬਿੱਲ ਦੇ ਟਾਈਮ ਤੇ ਤਾਂ ਇਸੇ ਤਰ੍ਹਾਂ ਜੇਕਰ ਆਪਾਂ ਦੋਨੇ ਯੂਨੀਅਨਾਂ ਇੱਕੋ ਦਿਨ ਇੱਕੋ ਦਿਨ ਧਰਨੇ ਤੇ ਬੈੰਦੀਆਂ ਨੇ ਤਰੀਕ ਅਨਾਉਂਸ ਕਰਕੇ ਤੇ ਇੱਕ ਵਧੀਆ ਜਿਹੜਾ ਧਰਨਾ ਲੱਗ ਸਕਦਾ ਆਪਣਾ ਤੇ ਮੀਟਿੰਗ ਵਿੱਚ ਵੀ ਦੋਨੇ ਯੂਨੀਅਨ ਆਪਣੇ ਆਪਣੇ ਵਿਚਾਰ ਵਿਚਾਰ ਜਿਹੜੇ ਪੇਸ਼ ਕਰਨ ਲੈ ਕੇ ਜਾਣਾ ਤਾਂ ਇਸ ਤਰ੍ਹਾਂ ਨਵੀਂ ਵੀ ਜਿਹੜੀ ਨਵੀਂ ਬੀਆ ਡਾਟਾਬੈਸ ਯੂਨੀਅਨ ਅਤੇ ਪੁਰਾਣੀ ਬੀਆ ਡਾਟਾਬੈਸ ਯੂਨੀਅਨ ਹਾਲਾਂਕਿ ਦੋਨੇ ਯੂਨੀਅਨਾਂ ਇਸ ਗੱਲ ਤੇ ਸਹਿਮਤ ਨੇ ਪਰ ਪਤਾ ਨਹੀਂ ਕਿਉਂ ਇਹਨਾਂ ਵਿੱਚਕਾਰ ਜਿਹੜੀ ਗੱਲਬਾਤ ਕਰਾਉਣ ਵਾਲਾ ਕੋਈ ਹੈ ਨਹੀਂ ਤੇ ਜਦੋਂ ਵੀ ਕੋਈ ਸਿੱਖਿਆ ਮੰਤਰੀਆਂ ਮੀਟਿੰਗ ਹੁੰਦੀ ਹੈ ਤਾਂ ਦੋਨੇ ਯੂਨੀਅਨਾਂ ਵੱਖ-ਵੱਖਰੀਆਂ ਮੀਟਿੰਗਾਂ ਕਰਦੀਆਂ ਨੇ ਇਹ ਵੀ ਗੱਲ ਸਹੀ ਨਹੀਂ ਹੈਗੀ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਕੇਡਰ ਨੂੰ ਕਿ ਆਪਾਂ ਗੱਲਬਾਤ ਕਰੀਏ ਤੇ ਆਪਣਾ ਫਾਇਦਾ ਸਾਰਿਆਂ ਦਾ ਤਾਂ ਹੀ ਹੋ ਸਕਦਾ ਤੇ ਜੁਨੇ ਦੋਨੇ ਯੂਨੀਅਨਾਂ ਇਕੱਠੀਆਂ ਹੋ ਕੇ ਪ੍ਰੋਟੈਸਟ ਕਰਨਾ ਪੱਕਾ ਧਰਨਾ ਅਨੰਦਪੁਰ ਸਾਹਿਬ ਵਿਖੇ ਲੱਗੇ ਤੇ ਆਪਣਾ ਫਾਇਦਾ ਹੋ ਸਕੇ ਕਿਉਂਕਿ ਸਰਕਾਰ ਤਾਂ ਖੁੱਦ ਚਾਹੁੰਦੀ ਆ ਵੀ ਤੁਸੀਂ ਅਲੱਗ ਹੋ ਤੇ ਅਲੱਗ-ਜਿਕਰ ਲੜਾਂਗੇ ਤਾਂ ਆਪਾਂ ਨੂੰ ਕੁਝ ਨਹੀਂ ਮਿਲਣਾ ਨਾ ਨਵੇਂ ਨੂੰ ਮਿਲਣਾ ਨਾ ਪੁਰਾਣੇ ਨੂੰ ਮਿਲਣਾ ਤੇ ਸ਼ਰਤ ਆਪਣੀ ਇਸੇ ਤਰ੍ਹਾਂ ਲੱਗੀ ਰਹਿ ਜੂਗੀ ਇਸ ਕਰਕੇ ਇਹ ਤੁਹਾਡੇ ਅੱਗੇ ਬੇਨਤੀਆਂ ਸੀਗੀਆਂ ਇੱਕ ਦੋ ਕਿ ਜਿਹੜਾ ਮੰਤਰੀ ਸਾਹਿਬ ਵੱਲੋਂ ਕੋਰੀ ਨਾ ਕੀਤੀ ਗਈ ਆ ਹੁਣ ਜੇਕਰ ਆਪਾਂ ਸ਼ਰਤ ਹਟਾਉਣੀ ਚਾਹੁੰਦੇ ਆ ਤਾਂ ਆਪਾਂ ਇਹੀ ਹੱਲ ਆਪਣੇ ਕੋਲੇ ਕਿ ਆਪਾਂ ਇਕੱਠੇ ਹੋ ਕੇ ਚੱਲੀਏ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਸਾਥੀ ਚੈਨਲ ਤੇ ਨਵੇਂ ਨਵੇਂ ਦਾ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਥੈਂਕ ਯੂ ਸੋ ਮੱਚ এডਿਕੇਸ਼ਨ ਡਿਪਾਰਟਮੈਂਟ ਦੀ ਹਰ ਇੱਕ ਅਪਡੇਟਸ ਜਾਣਨ ਲਈ ਸਾਡਾ ਚੈਨਲ ਮਾਸਟਰ ਕਿਡਰ ਯੂਨੀਅਨ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰ ਦਿਓ